जी विवर के जी में ऐसा रक्षा घिनया से रेट हाल वाल तो आपको किता से कि होनी दी थी नहीं पिए सर्विस के सर्विस का हर पास हो क्या आन के फोशा लग गया पिया अल्लाह रहमान रहीम अस्सलाम वालेकुम मैं मलिक शाहिद ते तुसा दे पवे YouTube चैनल मलिक शाहिद खोकर ऑफिशियल वीवर क्या हाल है खैरियत ठीक हो ते जल्दी जल्दी मेरे चैनल को लाइक करो सब्सक्राइब करो ते दोस्तों नाल शेयर करो ते आज दी बने दे फैम मजेदार वीडियो जी वीवर के जिवें साडा अपना बिया सेलमैन पहुंच चुके इकबाल गपाला ए काका इकबाल हैं ए काका इकबाल भी आया खड़े एक भी पेटी लवे ने ते ए काका प्लेटा लई खड़े गत्ते फिक्स करके ਪਲੇਟਾ ਐਡਜਸਟ ਕਰੇ ਨਾ ਪਉਂਦੇ ਬਾਅਦ ਲੈ ਸੀ ਮਾਲ ਜੀ ਵੀਵਰ ਕੇ ਜਿਵੇਂ ਅੱਜ ਸਾਡਾ ਜਿਹੜਾ ਮੁੰਸ਼ੀ ਹੈ ਪਿਆ ਮੁੰਸ਼ੀ ਦੀ ਥੀ ਗਈ ਫੌਤ ਕੀ ਕਿ ਉਹਦੇ ਸਾਲੇ ਦਾ ਬੇਟਾ ਫੌਤ ਥੀ ਗਿਆ ਉਹ ਆਇਆ ਕਹਿ ਨਹੀਂ ਸੁਬਹ ਸੁਬਹ ਜਿਹੜੀ ਐਸ ਪੀ ਡੀ ਹੈ ਉਹ ਖੋਲੀ ਸੀ ਆਪ ਤੇ ਚਾਚਾ ਮੇਰਾ ਭੱਟੀ ਜਿਹੜਾ ਨਾ ਮਾਲ ਲਈ ਖੜੇ ਮਾਲ ਲਾ ਕੇ ਚਾਚਾ ਮੇਰਾ ਭੱਟੀ ਚਾਚਾ ਭੱਟੀ ਦਿਖਾ ਪੇਟੀ ਫੁੱਲੇ ਦਿਖਾ ਜੀ ਵੀਵਰ ਕੇ ਜਿਵੇਂ ਦੇਦੇ ਪਏ ਮਾਸ਼ਾਅੱਲਾ ਚਾਚੇ ਸਾਡੇ ਮਾਲ ਲਾ ਕੇ ਦੇ ਪੇਟੀ ਥੀ ਗਈ ਫੁੱਲ ਤੇ ਇਡੋ ਇੱਕ ਸਾਡਾ ਬਹੁਤ ਪਿਆਰਾ ਇੱਕ ਦੋਸਤ ਹੈ ਪਿਆ ਸਜਾਦ ਸਜਾਦ ਭਾਈ ਤੇ ਆਪ ਆਇਆ ਕਹਿੰਦੇ ਉਹਨਾਂ ਦਾ ਮਾਸ਼ਾਅੱਲਾ ਬੇਟਾ ਆਇਆ ਖੜੇ ਕਿ ਜਿਹੜਾ ਮਾਲ ਲੈਣਾ ਤੇ ਇਹ ਆਪਣਾ ਲੈ ਸੀ ਆਪਣਾ ਮਾਲ ਆਹ ਭਤਰੀਜਾ ਇਹ ਚਾਰ ਪਲੇਟਾਂ ਇੱਡੋ ਚੋ ਜਾ ਵੀ ਪਰ ਇਹ ਦੇਖੋ ਕਿ ਜਿਹੜੇ ਆਪਣਾ ਅਸਾਂ ਪਲੇਟਾਂ ਲੈਣੇ ਆ ਨਾ ਪਲੇਟ ਫਰੀਜ਼ਰ ਦੇ ਵਿੱਚ ਆਪਣਾ ਪਲੇਟ ਫਰੀਜ਼ਰ ਲੱਗਿਆ ਉਹਦੇ ਬਾਅਦ ਜਿਹੜਾ ਨਾ ਆਪਣਾ ਪੇਟੇ ਲੱਗਿਆ ਜਿਹੜਾ ਕੂਲਿੰਗ ਬਰਕਰਾਰ ਰੱਖ ਜਾ ਤੇ ਆਪਣਾ ਚਾਰ ਇੱਕ ਪਲੇਟਾਂ ਇੱਡੋ ਪੈਰ ਵੀ ਆ ਸਾਈ ਕੋ ਕੱਢ ਕੇ ਦੇਖੋ ਕਿੱਥੋਂ ਪਲੇਟ ਫਰੀਜ਼ਰ ਦੇ ਵਿੱਚੋਂ ਮਾਸ਼ਾਅੱਲਾ ਇਹ ਆਪਣਾ ਲੈ ਸੀ ਪਲੇਟਾਂ ਪੇਟੀ ਦੇ ਵਿੱਚ ਤੇ ਦੇਖੋ ਕਿ ਕਿਵੇਂ ਲੱਗ ਜਾਂ ਬਨ ਪਲੇਟਾਂ ਦੋ ਪਲੇਟਾਂ ਲੱਗ ਜਾ ਹੋਣ ਤਲ ਦੇ ਵਿੱਚ ਤੇ ਚਾਰ ਲੱਗ ਸਨ ਸੈਡਾਂ ਦੇ ਵਿੱਚ ਕਿ ਜਿਵੇਂ ਤੁਹਾਨੂੰ ਪਹਿਲੇ ਵੀ ਦੱਸਾਇਆ ਕਿ ਪਲੇਟਾਂ ਦੀ ਕਪੈਸਿਟੀ 10 ਤੋਂ 12 ਘੰਟੇ ਰਾਂ ਪੇਟੀ ਉਹ ਸਾਫ਼ ਹੀ ਨਹੀਂ ਕਰੇਗਾ ਅੱਛਾ ਚਲੋ ਵਲ ਹੁਣ ਕੀ ਆਖ ਸਕਦੇ ਹਾਂ ਕਾਕਾ ਚਲੋ ਮਾਂ ਦੇ ਕੰਮ ਨਾ ਹੁੰਦੀ ਆਪਣੀ ਮਰਜ਼ੀ ਚਲੋ ਕੋਈ ਗੱਲ ਨਹੀਂ ਕਾਕਾ ਇਕਬਾਲ ਅੱਜ ਜਿਹੜੀ ਚੀਜ਼ ਦੀ ਰੋਜ਼ ਹੀ ਕਰੀਂਦੀ ਹੈ ਵਲ ਉਹਦੀ ਸਫਾਈ ਸੁਥਰਾਈ ਵੀ ਕਰੀਂਦੀ ਹੈ ਕੋਈ ਗੱਲ ਨਹੀਂ ਕਾਕਾ ਮੇਰਾ ਇਕਬਾਲ ਆਦੇ ਆਦੇ ਜਰਾ ਪੇਟੀ ਪਹਿਲੇ ਲੈਣਾ ਖੜਾ ਅੱਜ ਮੈਂ ਲਈ ਖੜਾ ਬਈ ਪੇਟੀ ਤੇ ਉਹ ਸਾਫ਼ ਹੀ ਕਹਿ ਕਰੇਦਾ ਇਵੇਂ ਕਾਕਾ ਇਕਬਾਲ ਆ ਕੋਈ ਗੱਲ ਕਹਿ ਨਹੀਂ ਮੈਂ ਕਿਹਾ ਤੂੰ ਹੀ ਕੁਛ ਸਾਫ਼ ਕਰ ਇਹਦੀ ਵਾਰ ਕੇ ਜਿਵੇਂ ਮਾਸ਼ਾਅੱਲਾ ਇਹ ਮਾਲ ਜਵਾਨ ਦਾ ਨਿਕਲਾ ਤੇ ਜਵਾਨ ਮਾਲ ਲੈਂਦਾ ਸਰ ਕਾਕਾ ਇਕਬਾਲ ਵੀ ਆਪਣੀ ਪੇਟੀ ਕੁਛ ਸਾਫ਼ ਕੀਤੀ ਪਏ ਤੇ ਬੁਲਾ ਦੇਣੇ ਕਾਕਾ ਇਕਬਾਲ ਨੂੰ ਕਿਹਾ ਪਲੇਟਾਂ ਕੱਢਾਂ ਕਾਕਾ ਇਕਬਾਲ ਆ ਪਲੇਟਾਂ ਤੇ ਜਾ ਹੈਂ ਦੇ ਰਿਹਾ ਲੈ अच्छा कट दे पे प्लेटा कट दे पे जी भी वर्ग जिमें काके इकबाल आखे पे जब प्लेटा कटो काके इकबाल जब वाला प्लेट फ्रीजर दे चो प्लेटा कट दे प्याज और फठोला के जेड़ा अपना वो पेटी ए पहले लेना खड़ा बे पासो पॉइंट है जिमें वे प्याज आ हुण आखे जरा ना मैं को पेटी लवाओ मैं यार साडे कोलो पेटी आंदे हैं नबियां लेकिन मोटरसाइकिल सारे सेलमैन छे गए सिर ते पेटी रख दे ते ले जाए ਸਿਰ ਤੇ ਨਹੀਂ ਆਉਂਦੀ ਚਲੋ ਇਹ ਸਿਰ ਤੇ ਪੇਟੀ ਨਹੀਂ ਰੱਖਦਾ ਇਹਦੋ ਆਪਣਾ ਪੀਰ ਅਸਾਦ ਹੁਸੈਨ ਸ਼ਾਹ ਪੇਟੀ ਲਈ ਬੈਠੇ ਰਸੇ ਛਸੇ ਬਧੀਰ ਗਨ ਇਰਫਾਨ ਮੁਲੇਰ ਕੋ ਮੈਂ ਕਿਹਾ ਮੁਲੇਰ ਮੈਂ ਕਿਹਾ ਨਾਲ ਪੇਟੀ ਛੇਟੀ ਰੱਖਵਾ ਅੱਛਾ ਗੱਲ ਹੀ ਮੈਂ ਹੈ ਕਿ ਕਿਵੇਂ ਹੈ ਗੱਲ ਗੱਲ ਇਹ ਕਿ ਦਿਲ ਵਧੇਨੇ ਪਏ ਅੱਛਾ ਇਹਦੋ ਬੈਠੇ ਤੇ ਇਰਫਾਨ ਆਦੇ ਗੱਲ ਇਹ ਦਿਲ ਵਧੋ ਦਿਲ ਕਿਆ ਵਧੋ ਕਿ ਸਮਝ ਕਹਿ ਨਹੀਂ ਆਉਂਦੀ ਇਹ ਆਦੇ ਦਿਲ ਬਦੋ ਉਹ ਆਦੇ ਵੀ ਦਿਲ ਬਦੋ ਕੈਂਡੀ ਚਲਾਓ ਮੈਂ ਕਿਹਾ ਯਾਰ ਬਿਜਲੀ ਵਾਲੀ ਮਹਿੰਗੀ ਹੈ ਜਿਹਦੀ ਵਜ੍ਹਾ ਕੋਲੋਂ ਨਿਸੇ ਪੈ ਚੱਲੇ ਪਏ ਅਤੇ ਬਹਰਹਾਲ ਕੋਈ ਸੋਚ ਸੁਚੇ ਨੇ ਆਏ ਪਹਿਲੇ ਉਹਦਾ ਸੌਦਾ ਬਣਾ ਹੀ ਖੜਿਆ ਸੇ ਅਤੇ ਉਹ ਹਾਲੀ ਮਾਮਲਾ ਪਾਰਟੀ ਸੋਚ ਹੈ ਜੇ ਅਗਰ ਉਹ ਆਵੇ ਸੀ ਤਾਂ ਠੀਕ ਹੈ ਅਗਰ ਨਹੀਂ ਆਉਂਦੀ ਤਾਂ ਭਲਾ ਕਿਆ ਕਰਨੇ ਪਏ ਮੁਲੇਰ ਵਾਲ ਟੱਪਾ ਦੇਣੇ ਪਏ ਮਖਲੂਕ ਮਾਲ ਕਿਤੇ ਪਰੇਸ਼ਾਨ ਹੈ ਮਖਲੂਕ ਆਦੀ ਹੈ ਕੈਂਡੀ ਚਲਾਓ ਅਤੇ ਸਾਕੂ ਦਿਓ ਮਾਲ ਕਿ ਜਿਹੜੀ ਅਸਾਂ ਹਾਲੀ ਤੱਕ ਕਹਿੰਦੀ ਆਪਣੀ ਚਲਾਈ ਕਹਿਣੀ ਅਤੇ ਬਹਰਹਾਲ ਕੋਈ ਸੋਚ ਸੁਚੇਂਦੇ ਹੈ ਇਵੇਂ ਡੋਲਾ ਹਾਂ ਡੋਲਾ ਯਾਦ ਹੈ ਮਾਈ ਜਰਾ ਨਾ ਕਹਿੰਦੀ ਤੇ ਖੜਸਾ ਖੜਸੇ ਡੋਲਾ ਹਾਂ ਤੀਲੇ ਛੀਲੇ ਠੱਕ ਪੱਕ ਡੋਲਾ ਦੇ ਮਾਈ ਕਹਿੰਦੀ ਤੇ ਖੜਸਾ ਅਤੇ ਮਾਈ ਆਪਣਾ ਤੀਲੇ ਛੀਲੇ ਲੈਸਾਂ ਮੈਂ ਕਿ ਚਲੋ ਅੱਛਾ ਅਸਦ ਬਾਦਸ਼ਾਹ ਮੇਰਾ ਖਿਆਲ ਹੈ ਕਿ ਤਾਈ ਫੋਨ ਕਰੇ ਨੇ ਪਵੇ ਸ਼ਾਹ ਜੀ ਅੱਛਾ ਨਹੀਂ ਬਾਬਾ ਤੇਰੇ ਕੋਲ ਮੋਬਾਈਲ ਹੈ ਨਾ ਕਾਨ ਮੋਬਾਈਲ ਮਾਂ ਜੀ ਅੱਛਾ ਚਲੋ ਆਈ ਵੇ ਸਨ ਬਲਾ ਅੱਲਾ ਕੋ ਉਹ ਓਏ ਕਿਉਂ ਪਰੇਸ਼ਾਨ ਥੀ ਆ ਬੇਟੇ ਕੀ ਆਇਆ ਵਦ ਓ ਉਪਾਏ ਗਈ ਓ ਉਪਾਏ ਗਈ ਲਤ ਓ
ਓਏ ਖਿਆਲ ਵੇ ਮੀਆਂ ਇਹ ਪਤਾ ਕਹਿ ਨੀ ਗੋਦਾ ਹੈ ਸ਼ਾਮ ਪੀਵੇਂ ਕਿਥੋਂ ਕੀਤੀ ਚਵੇ ਦਾ ਹਾਈ ਪਈ ਹੁਣ ਤੇ ਕੁਛ ਦਿਸਦੀ ਪਈ ਕਹਿ ਦਿਸਦੀ ਆਟੋਮੈਟਿਕ ਐਨਕ ਪਈ ਵਧਿਆ ਵਿਘਾ ਹਾਂ ਜੁਨੈਦ ਆਪਣਾ ਜੁਨੈਦ ਮੇਰਾ ਜ਼ਰਾ ਸੌਦਾ ਕਿਤਨਾ ਆਇਆ ਥਾ ਪੈਸੇ ਗਿਣਤੀ ਕਰ ਦਿਆ ਪੰਜਤਰ ਦੇ ਛਿਅਤਰ ਦੇ ਪੰਜ ਇਕਾਸੀ ਹਜ਼ਾਰ ਬਕਾਇਆ ਕੀਤੀ ਬੱਚਾ ਚਾਲੀ ਹਜ਼ਾਰ ਠੀਕ ਹੈ ਆਈ ਸਾਹਿਬ ਬਕਾਇਆ ਇਹਨਾਂ ਬਚ ਗਿਆ ਚਾਲੀ ਹਜ਼ਾਰ ਸਾਗੂ ਲੈਟਰ ਆਉਂਦੇ ਸੀ ਆਪਣਾ ਚਾਲੀ ਹਜ਼ਾਰ ਕੀਤੀ ਅਸੀਂ ਠੀਕ ਹੈ ਸਾਗੂ ਅੱਜ ਆਉਂਦੇ ਵੇ ਸਾਗੂ ਕੱਲ੍ਹ ਆਉਂਦੇ ਵੇ ਜੇ ਲਿਆਉਂਦੇ ਸੀ ਆਪਣਾ ਪੈਸੇ ਠੀਕ ਹੈ ਭਈਆ ਠੀਕ ਹੈ ਜਵੇਦ ਠੀਕ ਹੈ ਜੀ ਵੀਵਰ ਕੇ ਜਿਵੇਂ ਰਕਸ਼ਾ ਅਸਾਂ ਕੱਲ੍ਹ ਗਿਣਨ ਗਏ ਹਾਂ ਰਕਸ਼ੇ ਗਿਣਨ ਦੇ ਬਹੁਤ ਜ਼ਿਆਦਾ ਥਈਏ ਮਿਹਨਤ ਕੇ ਮਿਹਨਤ ਕਿਵੇਂ ਥਈਏ ਛੇ ਸੱਤ ਰਕਸ਼ੇ ਬਣ ਕੇ ਡਿੱਠਣ ਸੇ ਲੇਕਿਨ ਕਹੀਂ ਨਾਲ ਕੋਈ ਗੱਲ ਨਹੀਂ ਬਣੀ ਕਿ ਜਿਵੇਂ ਤੁਹਾਨੂੰ ਦਿਖੇਂਦੇ ਪਏ ਇੱਕ ਲੱਖ ਇੱਕੀ ਹਜ਼ਾਰ ਰੁਪਏ ਦਾ ਸੌਦਾ ਥਾ ਸਾਡਾ ਕਿ ਹੀ ਰਕਸ਼ੇ ਦੀ ਇਹਦਾ ਇਹਦੀ ਜਿਹੜੀ ਡਿਮਾਂਡ ਬੰਦਾ ਕਰੇਂਦਾ ਪਿਆ ਉਹ ਕਿਤਨੀ ਹੈ ਡਿਮਾਂਡ ਉਹ ਹੈ ਡੇਢ ਲੱਖ ਰੁਪਇਆ ਮਰੇਨੇ ਕੁਟੇਨੇ ਅਸਾਂ ਹੀ ਬੰਦੇ ਕੋਲ ਇੱਕ ਲੱਖ ਪੰਦਰਾਂ ਹਜ਼ਾਰ ਆ ਕੇ ਚਲੇ ਗਏ ਅਤੇ ਇਹ ਬੰਦੇ ਆਖੇ ਮੈਂ ਜਿਹੜਾ ਤੁਹਾਡੇ ਕੋਲੋਂ ਪੈਸੇ ਗਿਣਸਾਂ ਉਹ ਗਿਣਸਾਂ ਇੱਕ ਲੱਖ ਪੰਜਾਹ ਹਜ਼ਾਰ ਮੈਂ ਕਿਹਾ ਯਾਰ ਇੱਕ ਲੱਖ ਪੰਜਾਹ ਹਜ਼ਾਰ ਰੁਪਇਆ ਤਾਂ ਰਕਸ਼ਾ ਕਹਿ ਨਹੀਂ ਬੇ ਵੀ ਪੰਜ ਚਾਰ ਰਕਸ਼ੇ ਡਿੱਠੇ ਹਨ ਸੇ ਅਤੇ ਮਰੇਨੇ ਕੁਟੇਨੇ ਅਸਾਂ ਇੱਕ ਲੱਖ ਪੰਦਰਾਂ ਹਜ਼ਾਰ ਆ ਕਰਨ ਕੇ ਚਲੇ ਗਏ ਮੁਜ਼ੱਫਰਗੜ੍ਹ ਵਾਲਾ ਕੋਈ ਸ਼ਹਿਰ ਆਈ ਪਿਆ ਕੰਮ ਅਸਾਂ ਆਪਣਾ ਕੰਮ ਸ਼ੰਮ ਕੀਤਾ ਕੰਮ ਕਰਨ ਦੇ ਬਾਅਦ ਵਲਾ ਅਸਾਂ ਉਹ ਬੰਦੇ ਨਾਲ ਅਸਾਂਗੇ ਵੀ ਰਾਬਤਾ ਕਰੇ ਸੀ ਲੇਕਿਨ ਉਹ ਬੰਦੇ ਰਾਬਤਾ ਨਹੀਂ ਕੀਤਾ ਆਖਿਰਕਾਰ ਵਲਾ ਮੈਂ ਉਹ ਬੰਦੇ ਕੋਲ ਫੋਨ ਕੀਤੇ ਇੱਕ ਲੱਖ ਸਤਾਰਾਂ ਹਜ਼ਾਰ ਅਤੇ ਆਖਿਆ ਮੈਂ ਉਹ ਆ ਕੇ ਖਾਏ ਨਾ ਕਰੇਨੇ ਵਲਾ ਉਹਦੇ ਕੋਲ ਪਹੁੰਚ ਗਏ ਨੇ ਮਰੇਨੇ ਕੁਟੇਨੇ ਉਹ ਆ ਕੇ ਮੈਂ ਤਾਂ ਕੋਈ ਰਕਸ਼ਾ ਦੇ ਸਾਂ ਇੱਕ ਲੱਖ ਪੰਜੀ ਹਜ਼ਾਰ ਰੁਪਏ ਦਾ ਫਾਈਨਲ ਮੈਂ ਕਿਹਾ ਨਹੀਂ ਯਾਰ ਇੱਕ ਲੱਖ ਪੰਜੀ ਹਜ਼ਾਰ ਰੁਪਏ ਦਾ ਮਰੇਨੇ ਕੁਟੇਨੇ ਵਲਾ ਯਾਨੀ ਕਿ ਸਾਡਾ ਸੌਦਾ ਤੀਆ ਕਿਤਨੇ ਦਾ ਇੱਕ ਲੱਖ ਇੱਕੀ ਹਜ਼ਾਰ ਰੁਪਏ ਦਾ ਕਿ ਜਿਹੜਾ ਅਸਾਂ ਕੱਲ੍ਹ ਉੱਥੇ ਮੁਜ਼ੱਫਰਗੜ੍ਹ ਚੈੱਕ ਕੇ ਆ ਗਿਆ ਸੀ ਅੱਜ ਇਹਦੀ ਥੋੜ੍ਹੀ ਜਿਹੀ ਸਫਾਈ ਸਰਵਿਸ ਥੀਂਦੀ ਪਈ ਹੈ ਧੁਲਾਈ ਸ਼ੁਲਾਈ ਥੀਂਦੀ ਪਈ ਹੈ ਅਤੇ ਰਕਸ਼ਾ ਮਾਸ਼ਾਲਾ ਸੋਹਣਾ ਠੀਕ ਹੈ ਅਤੇ ਕਿਸ ਚੀਜ਼ ਕਿਤੇ ਅਸਾਂ ਕਹਿੰਦਾ ਸੀ ਕਿ ਜਿਵੇਂ ਅਸਾਂ ਤੁਹਾਨੂੰ ਦਸਾਇਆ ਸੀ ਬੰਜੋੜ ਕੋਲਾ ਆਈਸਕ੍ਰੀਮ ਦੀ ਏਜੰਸੀ ਬੰਜੋੜ ਕੋਲਾ ਆਈਸਕ੍ਰੀਮ ਨਾ ਆਖੂੰ ਬਹੁਤਾ ਲਾਖੂੰ ਆਈਸਕ੍ਰੀਮ ਹਰ ਟਾਈਮ ਮੂੰਹ ਦੇ ਵਿੱਚ ਖੜੀ ਹੈ ਥਈ ਠੀਕ ਹੈ ਕਿ ਅਸਾਂ ਏਜੰਸੀ ਕੀਤੀ ਹੈ ਇਹਦੇ ਅਸਾਂ ਬੋਤਲ ਅਤੇ ਜੂਸ ਸਪਲਾਈ ਦਾ ਕੰਮ ਕਰੇ ਸੂ ਜਿਵੇਂ ਕੰਮ ਵੱਧ ਸੀ ਵੇਂਦਾ ਵਲਾ ਕੋਈ ਲੋਡਰ ਰਕਸ਼ੇ ਕੋਈ ਬੈ ਵੀ ਸਾਗੂ ਤਕਰੀਬਨ ਰੂਡ ਹੈਨ ਪੈ ਚਾਰ ਸ਼ਾਇਦ ਤਕਰੀਬਨ ਚਾਰ ਤਰਾਏ ਰਕਸ਼ੇ ਬੇ ਵੀ ਗਿਣਨੇ ਪੋਸਨ ਸੇਲਮੈਨ ਤਰਾਏ ਬੈ ਵੀ ਰੱਖਣੇ ਪੋਸਨ ਇਹਨਾਂ ਦਾ ਕੰਮ ਕਿਆ ਸੀ ਕਿ ਮਿਸਾਲ ਛੋਟੀ ਵੱਡੀ ਦੁਕਾਨ ਦੇ ਉੱਤੇ ਵੱਡੇ ਆਪਣਾ ਸਟੋਰ ਸੀ ਗਏ ਜੇ ਉਹਨਾਂ ਦੇ ਉੱਤੇ ਮਾਲ ਸਪਲਾਈ ਕਰਨਾ ਅਤੇ ਇਨਸ਼ਾਲਾ ਉਮੀਦ ਹੈ ਕਿ ਕੱਲ੍ਹ ਪਰਸੋਂ ਤੱਕ ਸਟਾਕ ਵੀ ਸਾਡੇ ਕੋਲੋਂ ਪਹੁੰਚਾ ਸੀ ਅਤੇ ਇਰਾਦਾ ਹੈ ਕੋਈ ਛੋਟਾ ਮੋਟਾ ਫੰਕਸ਼ਨ ਕਰੇ ਸੂ ਫੰਕਸ਼ਨ ਅਗਰ ਨਾ ਕਰੇ ਸੂ ਤਾਂ ਇਵੇਂ ਕੰਮ ਸਟਾਰਟ ਕਰਦੇ ਸੂ ਅਤੇ ਦੁਆ ਕਰੇ ਸੋ ਵੀ ਵਾਰ ਅੱਲਾ ਪਾਕ ਮਾਲ ਦੇ ਇਸ ਕਰਕੇ ਬਰਕਤ ਪਾਵੇ ਅੱਜ ਦਾ ਵਲੋਗ ਤੁਹਾਨੂੰ ਕੈਸਾ ਲੱਗਿਆ ਸਾਡੇ ਵਲੋਗ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਦੋਸਤ ਨਾਲ ਸ਼ੇਅਰ ਕਰੋ ਅਤੇ ਪਿਆਰੇ ਲੋਕ ਦਿੰਦੇ ਪਏ ਇਜਾਜ਼ਤ ਅੱਲਾ ਹਾਫਿਜ਼